ਕਰਫਿਊ ਦੌਰਾਨ ਸ਼ਹਿਰ ਬਠਿੰਡਾ ਵਿੱਚ ਕਾਂਗਰਸ ਦੇ ਵਰਿਸ਼ਠ ਨੇਤਾ ਚੁੰਬਾਜੀ ਤੇ ਡੀਐਸਪੀ ਰਵਾਣਾ ਸਾਹਿਬ ਵੱਲੋਂ ਕਾਫੀ ਮਾਤਰਾ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ ਤੇ ਇਸ ਦੇ ਨਾਲ ਹੀ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਵੀ ਆਪਣਾ ਕੰਮ ਤਨਦੇਹੀ ਦੇ ਨਾਲ ਕਰ ਰਹੀਆਂ ਹਨ ਜਿਵੇਂ ਕਿ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਅਸ਼ੋਕ ਬਾਲਾਵਾਲੀ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਸੋਨੂ ਮੇਸ਼ਰੀ ਜੀ ਅਤੇ ਮੈਡਮ ਵੀਨੂ ਗੋਇਲ ਆਪਣੀ ਬਖੂਬੀ ਸੇਵਾ ਨਿਭਾ ਰਹੇ ਹਨ ਬਠਿੰਡੇ ਤਰਫੋਂ ਦੇ ਲੱਗਣ ਦੇ ਬਾਵਜੂਦ ਸਮਾਜ ਸੇਵਾ ਤੋਂ ਛੱਪਾ ਦੁਰਿੰਦਰ ਸ਼ਰਮਾ ਇਹਨਾਂ ਦਲਿਤਾਂ ਦੀ ਕਿਵੇਂ ਆਪਣੀ ਧਰ ਧਰ ਜਾਦੇ ਜਿਹੜੀ ਸਮੱਸਿਆ ਜਿਹੜੀ ਲੋਕਾਂ ਦੀ ਹੱਲੇ ਕਰਦੇ ਪਾਪਾ ਗੱਲਬਾਤ ਕਰਾਂ ਦੇ ਹਾਂਜੀ ਸਰ ਤੀਤੇ ਨਾਲ ਚੱਲੋ ਸਰ ਜਿਹੜੀ ਤੁਸੀਂ ਸਮੱਸਿਆ ਬਹੁਤ ਵਧੀਆ ਉਪਰਾਲਾ ਚਲਾਇਆ ਹੋਇਆ ਲੋਕਾਂ ਦੀ 500 ਲੋਕਾਂ ਦੀ ਸਰ ਜਿਹੜੇ ਤੁਸੀਂ ਭੋਜਨ ਤਿਆਰ ਕਰਦੇ ਪਏ ਸਰ ਉਹਦੇ ਬਾਰੇ ਤੀਤੇ ਨਾਲ ਚੱਲੋ ਉਹ ਇਹ ਜੀ ਕਿ ਜਿਹੜੀ ਇਹ ਲੋਕਡਾਊਨ ਆ ਉਹਦੇ ਕਾਰਨ ਲੋਕਾਂ ਦਾ ਰਾਸ਼ਨ ਖਤਮ ਹੋ ਗਿਆ ਘਰਾਂ ਦੇ ਵਿੱਚ ਅਤੇ ਉਹ ਘਰਾਂ ਦੇ ਵਿੱਚ ਜਿਹੜਾ ਹੈਗਾ ਲੋਕਡਾਊਨ ਨੇ ਅੰਦਰ ਨੇ ਉਹਦੇ ਕਰਕੇ ਉਹ ਬਾਜ਼ਾਰ 'ਚੋਂ ਜਿਹੜਾ ਹੈਗਾ ਉਹਨਾਂ ਨੂੰ ਉਹਨਾਂ ਦੀ ਜਿਹੜੀ ਦਿਹਾੜੀ ਵੀ ਬੰਦ ਹੈ ਉਹਨਾਂ ਕੋਲ ਦਿਹਾੜੀ ਬੰਦ ਹੋਣ ਕਾਰਨ ਪੈਸੇ ਨਹੀਂ ਹੈਗੇ ਅਤੇ ਫਿਰ ਇਸ ਕਰਕੇ ਉਹਨਾਂ ਨੂੰ ਰਾਸ਼ਨ ਦੀ ਕਮੀ ਆ ਰਹੀ ਹੈ ਬੱਚੇ ਭੁੱਖੇ ਨੇ ਤਾਂ ਉਸ ਕਰਕੇ ਉਹ ਜਿਹੜੇ ਸਾਡੇ ਨਾਲ ਸੰਪਰਕ ਕਰਦੇ ਨੇ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ ਉਹ ਇਸ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਅਤੇ ਉਹਦੇ ਤਹਿਤ ਇਹ ਸਾਡੀ ਵੀ ਸਾਨੂੰ ਵੀ ਵਾਹਿਗੁਰੂ ਨੇ ਜ਼ਿੰਮੇਵਾਰੀ ਲਾਈ ਹੈ ਕਿ ਅਸੀਂ ਵੀ ਉਹਨਾਂ ਲੋਕਾਂ ਲਈ ਕੁਛ ਕਰੀਏ ਕਿਉਂਕਿ ਅਸੀਂ ਸ਼ੁਰੂ ਤੋਂ ਇੱਦਾਂ ਦੇ ਉਪਰਾਲੇ ਕਰਦੇ ਆ ਰਹੇ ਹਾਂ ਅਤੇ ਸਾਡੇ ਉਪਰਾਲੇ ਅੱਗੇ ਤੋਂ ਵੀ ਲਗਾਤਾਰ ਇੱਦਾਂ ਹੀ ਜਾਰੀ ਰਹਿਣਗੇ ਅਸੀਂ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ ਸੁੱਕਾ ਰਾਸ਼ਨ ਅਤੇ ਸਾਨੂੰ ਵੱਖ ਵੱਖ ਪਿੰਡਾਂ ਦੇ ਵਿੱਚੋਂ ਤਿਆਰ ਕੀਤਾ ਹੋਇਆ ਲੰਗਰ ਜਿਹੜਾ ਹੈਗਾ ਉਹ ਮੁਹੱਈਆ ਕਰਾਇਆ ਜਾ ਰਿਹਾ ਜਿਹੜੇ ਨਵੇਂ ਚਲਾਏ ਸੀ ਉਹ ਮੈਂ ਫਿਰ ਇੱਕ ਵਾਰੀ ਸਾਰੀ ਮੇਰੀ ਜਿਹੜੀ ਬਠਿੰਡਾ ਸ਼ਹਿਰ ਨਿਵਾਸੀਆਂ ਨੂੰ ਮੈਂ ਦੱਸ ਦੇਣਾ ਚਾਹੁੰਦਾ 9877457629 ਮੈਂ ਦੁਬਾਰਾ ਫਿਰ ਰਿਪੀਟ ਕਰ ਦੇਣਾ 9877457629 ਦੂਸਰਾ ਨੰਬਰ ਹੈ 7986878104 ਤੀਸਰਾ ਨੰਬਰ ਹੈ 9814282850 ਚੌਥਾ ਨੰਬਰ ਹੈ 9878700145 ਇਹ ਚਾਰੇ ਨੰਬਰਾਂ ਦੇ ਉੱਤੇ ਸਾਨੂੰ ਕੋਈ ਵੀ ਫੋਨ ਜਿਹੜਾ ਕਾਲ ਕਰਕੇ ਆਪਣੀ ਦਵਾਈਆਂ ਬਾਰੇ ਪੁੱਛ ਸਕਦਾ ਵੀ ਇਹ ਕਿੱਥੋਂ ਮਿਲਣਗੀਆਂ ਕਿਵੇਂ ਮਿਲਣਗੀਆਂ ਅਸੀਂ ਸਾਰਿਆਂ ਨੂੰ ਹੁਣ ਕਿਉਂਕਿ ਰਸ਼ ਜਿਹੜਾ ਕਾਫੀ ਘੱਟ ਗਿਆ ਹੈ 5 ਤੋਂ 7 ਜਿਹੜੀਆਂ ਦੁਕਾਨਾਂ ਖੁੱਲ੍ਹਣ ਕਰਕੇ ਸਾਰੇ ਹੀ ਜਿਹੜੇ ਹੈ ਜਿਹੜੇ ਲੋੜਵੰਦ ਹੈਗੇ ਆ ਉਹਨਾਂ ਨੂੰ ਕਾਫੀ ਹੱਦ ਤੱਕ ਜਿਹੜੀ ਹੈ ਮੁਹਲਤ ਮਿਲ ਚੁੱਕੀ ਹੈ ਇਹ ਦੇਖੋ ਜੀ ਕਰੋਨਾ ਦੇ ਕਾਰਨ ਜਿਹੜਾ ਇੱਕਦਮ ਹੀ ਸਰਕਾਰ ਨੇ ਕਰਫਿਊ ਐਲਾਨ ਕਰਤਾ ਉਹ ਵੀ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈਗਾ ਵੀ ਐਡਾ ਵੱਡਾ ਕਰਫਿਊ ਜਿਹੜਾ ਹੈਗਾ ਐਲਾਨ ਕੀਤਾ ਗਿਆ ਹੈਗਾ ਅਚਾਨਕ ਕਰਫਿਊ ਐਲਾਨ ਕਰਨ ਕਰਕੇ ਲੋਕਾਂ ਕੋਲ ਜਿਹੜੀ ਉਹਨਾਂ ਦੀ ਜ਼ਰੂਰਤ ਦੀਆਂ ਚੀਜ਼ਾਂ ਸੀਗੀਆਂ ਸਬਜ਼ੀ ਵਗੈਰਾ ਜਾਂ ਹੋਰ ਪ੍ਰਬੰਧ ਸੀਗੇ ਉਹ ਵੀ ਜਿਹੜੇ ਮੌਕੇ 'ਤੇ ਉਹ ਨਹੀਂ ਸੀਗੇ ਉਹਨਾਂ ਕੋਲ ਉਪਲਬਧ ਕਈ ਜ਼ਰੂਰਤਮੰਦ ਲੋਕਾਂ ਕੋਲ ਅਤੇ ਜਿਹਦੇ ਕਰਕੇ ਸਾਡੀ ਸੰਸਥਾ ਵੱਲੋਂ ਜ਼ਰੂਰਤ ਪੱਧਰ ਦੇ ਉੱਤੇ ਅਸੀਂ ਇਹ ਸੇਵਾਵਾਂ ਵੀ ਸ਼ੁਰੂ ਕੀਤੀਆਂ ਕਿਉਂਕਿ ਇੱਕ ਬਹੁਤ ਵੱਡੀ ਪ੍ਰੋਬਲਮ ਕ੍ਰੀਏਟ ਹੋ ਚੁੱਕੀ ਹੈ ਪਰ ਫਿਰ ਵੀ ਕੁਛ ਲੋਕ ਜਿਹੜੇ ਕੋਈ ਟਿਕਟੋਕ 'ਤੇ ਵੀਡੀਓ ਬਣਾ ਰਹੇ ਹੈ ਜਾਂ ਕੁਛ ਮਜ਼ਾਕ ਜਿਹੜਾ ਹੈਗਾ ਉਸਦੇ ਉੱਤੇ ਪਾ ਰਹੇ ਹੈ ਈਵਨ ਕਿ ਕੁਛ ਲੋਕ ਅਜਿਹੇ ਹੈਗੇ ਵੀ ਜਿਹੜੇ ਕਿ ਇੱਕ ਵਾਰ ਉਹਨਾਂ ਕੋਲ ਘਰੇ ਰਾਸ਼ਨ ਹੈਗਾ ਵੀ ਹੈ ਫਿਰ ਵੀ ਉਹ ਜਾਣ ਬੁੱਝ ਕੇ ਕਹਿ ਰਹੇ ਆ ਵੀ ਅਸੀਂ 2 ਦਿਨਾਂ ਤੋਂ ਭੁੱਖੇ ਹਾਂ ਜੀ ਇਸ ਤਰ੍ਹਾਂ 3 ਦਿਨਾਂ ਤੋਂ ਭੁੱਖੇ ਹਾਂ ਜੀ ਫਿਰ ਵੀ ਉਹ 2-2, 3-3 ਥਾਵਾਂ ਤੋਂ ਰਾਸ਼ਨ ਇਕੱਠਾ ਕਰ ਰਹੇ ਹੈਗੇ ਹੈ ਇਹ ਦੇਖੋ ਇਹਦੇ ਬਾਰੇ ਕੁਛ ਵੀ ਕਹਿਣਾ ਫਿਲਹਾਲ ਤਾਂ ਸਭ ਤੋਂ ਬਸ ਇੱਕੋ ਹੀ ਮੈਸੇਜ ਹੈ ਵੀ ਇਹ ਤੋਂ ਬਚਾ ਵੀ ਕਰ ਸਕਦੇ ਹਾਂ ਕਿਉਂਕਿ ਜੇ ਕਹੀਏ ਇਹਦਾ ਕੋਈ ਇਲਾਜ ਹੈ ਉਹ ਤਾਂ ਹਜੇ ਤੱਕ ਕੋਈ ਵੀ ਇਸ ਤਰ੍ਹਾਂ ਦਾ ਕੋਈ ਟ੍ਰੀਟਮੈਂਟ ਜਾਂ ਵੈਕਸੀਨ ਹੈ ਜਿਹੜੀ ਕੋਈ ਨਹੀਂ ਆਈ ਹੈ ਬਚਾਵ ਦੇ ਵਿੱਚ ਵੀ ਕਿਤੇ ਨਾ ਕਿਤੇ ਬਹੁਤ ਹੀ ਜ਼ਿਆਦਾ ਲਾਪਰਵਾਹੀ ਵਰਤੀ ਜਾ ਰਹੀ ਹੈ ਜਿਵੇਂ ਕਿ ਗਲੀਆਂ ਦੇ ਵਿੱਚ ਜਾਂ ਮੁਹੱਲਿਆਂ ਦੇ ਵਿੱਚ ਜਦੋਂ ਕੋਈ ਡਿਸਟ੍ਰੀਬਿਊਸ਼ਨ ਹੋਣ ਜਾਂਦੀ ਹੈ ਚਾਹੇ ਰਾਸ਼ਨ ਦੀ ਹੈ ਚਾਹੇ ਭੰਡਾਰਾ ਅਤੇ ਉੱਥੇ ਲੋਕਾਂ ਦੀ ਜਿਹੜੀ ਇੱਕੋਦਮ ਭਰਮਾਰ ਹੋ ਜਾਂਦੀ ਹੈ ਮੈਨੂੰ ਇਹ ਲੱਗਦਾ ਵੀ ਠੀਕ ਹੈ ਅਸੀਂ ਭੁੱਖਮਰੀ ਨੂੰ ਕਦੇ ਮਿਟਾਉਂਦੇ ਮੈਨੂੰ ਲੱਗਦਾ ਇੱਕ ਤਰਫ ਕਾਫੀ ਨੈਗੇਟਿਵ ਮੈਸੇਜ ਆ ਰਿਹਾ ਕਿਉਂਕਿ ਇਹਦਾ ਕੋਈ ਸਿਸਟਮ ਹੋਣਾ ਚਾਹੀਦਾ ਕਿਉਂਕਿ ਇੱਕ ਰਾਸ਼ਟਰ ਧਰਮ ਵੀ ਜਿਵੇਂ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਕਿ ਭੁੱਖੇ ਨੂੰ ਖਿਲਾਉਣਾ ਇੱਕ ਰਾਸ਼ਟਰ ਧਰਮ ਹੈ ਸਾਡਾ ਲੇਕਿਨ ਅਸੀਂ ਕਿਉਂਕਿ ਕਰੋਨਾ ਦੇ ਨਾਲ ਇਹਦੇ ਨਾਲ ਸਾਡਾ ਧਿਆਨ ਰੱਖਣਾ ਹੀ ਜ਼ਰੂਰੀ ਹੈ ਇਸ ਮਹਾਂਮਾਰੀ ਦੇ ਦੌਰਾਨ ਵੀ ਅਸੀਂ ਉਸ ਭੀੜ ਨੂੰ ਜਾਂ ਕਿਸੇ ਤਰ੍ਹਾਂ ਇੱਕ ਸਿਸਟਮ ਬਣਾਈਏ ਜਾਂ ਤਾਂ ਇਹ ਡੋਰ ਟੂ ਡੋਰ ਹੀ ਕਰੀਏ